biggest south asian media group y media y media big shot ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਬਤੌਰ ਗਰੁੱਪ ਐਂਟਰ Y media ਮੈਂ 유ਦਿਰਜ ਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ Y media big shot ਜਿੱਥੇ ਕਵਰੇਜ ਹੁੰਦੀ ਹੈ sports ਦੀ ਵੈਸੇ ਤਾਂ ਮੈਨੂੰ ਹਰ sport ਦੇਖਣ ਦੇ ਵਿੱਚ ਬਹੁਤ ਮਜ਼ਾ ਆਉਂਦਾ ਹੈ ਕਵਰੇਜ ਵੀ ਅਸੀਂ ਇੱਥੇ ਕਰਦੇ ਹੈਗੇ ਹਾਂ ਲੇਕਿਨ 올림픽ਸ ਬਹੁਤ ਮਜ਼ਾ ਆਉਂਦਾ ਹੈ 올림픽ਸ ਇਸ ਕਾਰਨ ਬਹੁਤ ਮਜ਼ਾ ਆਉਂਦਾ ਹੈ ਕਿਉਂਕਿ ਇਤੇ ਬਹੁਤ ਜ਼ਿਆਦਾ ਕੰਟਰੀਜ਼ ਇੱਥੇ ਪਾਰਟਿਸਿਪੇਟ ਕਰਦੀਆਂ ਨੇ ਇਸ ਤੋਂ ਇਲਾਵਾ sports ਬਹੁਤ ਹੁੰਦੀਆਂ ਨੇ

असी देखते हैं कि किपीट करते हैं सो ओलंपिक्स की कवरेज वाई मीडिया बिग शॉट से लेकर अभी हाजिर हाँ वैसे तो वाई मीडिया बिग शॉट के उत्तर क्रिकेट सॉकर यूरो कप सॉकर वर्ल्ड कप क्रिकेट वर्ल्ड कप सारिया कवरेज असी करते हैं पर अज गल अं करें इस समय ओलंपिक्स के बारे ओलंपिक्स की जो अं गल कर रहे तो ओलंपिक्स के सब तो पहल मैं गल करना चाहता है, है कि वाई यू एस एंड ਚਾਈਨਾ ਜਿਸੀ ਪਿਛਲੇ ਕੁਸ਼ 올림픽ਸ ਦੇਖੀਏ ਡੋਮੀਨੇਟ ਕਰ ਰਹੇ ਨੇ ਚਾਹੇ ਰਿਓ 올림픽ਸ ਸਗਾ ਚਾਹੇ ਟੋਕੀਓ 올림픽ਸ ਸਗਾ اور ਹੁਣ ਫਿਰ ਚਾਹੀ ਅਸੀਂ ਪੈਰਿਸ 올림픽ਸ ਦੇਖ ਰਹੇ ਹੈਗੇ ਆ ਕਿਉ ਡੋਮੀਨੇਟ ਕਰ ਰਹੀਆਂ ਕੰਟਰੀਜ਼ ਮੈਨੂੰ ਯਾਦ ਹੈ ਕਿ ਅਜ ਤੋਂ ਤੁਸੀਂ 20-25 ਸਾਲ ਪਹਿਲਾਂ ਚਲੇ ਜਾਓ ਤੇ ਰਸ਼ੀਆ ਔਰ ਅ ਯੂਐਸ ਤੋਂ ਵੇਚ ਜ਼ਿਆਦਾ ਕੰਪੀਟੀਸ਼ਨ ਹੁੰਦਾ ਸੀ ਇਹਨਾਂ ਤੋਂ ਇਲਾਵਾ ਜਰਮਨੀ ਔਰ ਜਪਾਨ ਜਿਹੜੇ ਸੀਗੇ ਉਹ ਡੋਮਿਨੇਟ ਕਰਦੇ ਸੀ 올림픽ਸ ਨੂੰ ਉਸ ਸਮੇਂ ਚਾਈਨਾ ਜਾਂ ਹੋਰ ਕੋਈ ਕੰਟਰੀ ਜਿਹੜੀਆਂ ਅੱਜ ਕਈ ਕੰਟਰੀਜ਼ ਡੋਮਿਨੇਟ ਕਰ ਰਹੀਆਂ ਹੈ ਇਵਨ ਸਾਊਥ ਕੋਰੀਆ ਫਾਰ ਥੈਟ ਮੈਟਰ ਇੰਨਾ ਜ਼ਿਆਦਾ 올림픽ਸ ਵਧੀਆ ਪ੍ਰਦਰਸ਼ਨ ਨਹੀਂ ਹੁੰਦਾ ਸੀ ਜਿੱਦਾਂ ਜਿੱਦਾਂ ਇਕਨੋਮੀ ਠੀਕ ਹੋਈ ਉਸ ਉਸ ਤਰ੍ਹਾਂ ਚਾਈਨਾ ਸਟਰੋਂਗ ਹੁੰਦਾ ਗਿਆ ਔਰ ਨਾਲ ਦੇ ਨਾਲ ਸਾਊਥ ਕੋਰੀਆ ਦੀ ਟੀਮਸ ਵੀ ਹੋਰ ਜ਼ਿਆਦਾ ਸਟਰੋਂਗ ਹੁੰਦੀਆਂ ਚੱਲੇ ਗਈਆਂ ਜਪਾਨ ਹਜੇ ਵੀ ਬਹੁਤ ਵਧੀਆ ਕਰਦਾ ਹੈ ਜਰਮਨੀ ਹਜੇ ਬਹੁਤ ਵਧੀਆ ਕਰਦਾ ਹੈ ਬਟ ਰਸ਼ੀਆ ਦੀ ਇਕਨੋਮੀ ਖਰਾਬ ਹੁੰਦੀ ਚਲੀ ਗਈ ਰਸ਼ੀਆ ਦੀ ਪਰਫਾਰਮੈਂਸ ਵੀ ਖਰਾਬ ਹੁੰਦੀ ਚਲੀ ਗਈ ਉਹਨਾਂ ਦੇ ਉੱਤੇ ਬਹੁਤ ਸਾਰੇ ਬੈਨ ਵੀ ਲੱਗਦੇ ਰਹੇ ਕਿ ਤੁਸੀਂ ਪਾਰਟਿਸਿਪੇਟ ਪਹਿਲਾਂ ਯੂਐਸਐਸਆਰ ਹੁੰਦਾ ਸੀ ਫਿਰ ਰਸ਼ੀਆ ਹੋ ਗਿਆ ਪਰ ਰਸ਼ੀਆ ਦੇ ਨਾਂ ਤੇ ਵੀ ਉਹਨਾਂ ਨੂੰ ਪਾਰਟਿਸਿਪੇਟ ਨਹੀਂ ਕਰਨ ਦਿੰਦੇ ਸੋ ਰਸ਼ੀਆ ਥੋੜਾ ਥੱਲੇ ਚਲਾ ਗਿਆ ਲੇਕਿਨ ਸਾਊਥ ਕੋਰੀਆ ਔਰ ਚਾਈਨਾ ਇਨ ਪਾਰਟਿਕੂਲਰ ਉੱਪਰ ਆਇਆ ਔਰ ਇੰਡੀਆ ਕਿਉਂ ਨਹੀਂ ਆ ਸਕਿਆ ਉਹ ਦੀ ਵੀ ਚਰਚਾ ਅੱਜ ਕਰਾਂਗੇ ਹੁਣ ਜੇ ਅਸੀਂ ਧਿਆਨ ਨਾਲ ਦੇਖੀਏ ਕਿ ਯੂਐਸ ਚਾਈਨਾ ਜਿਹੜੇ ਡੋਮਿਨੇਟ ਕਰਦੇ ਨੇ ਮੈਡਲਸ ਕਿਹੜੇ ਫੀਲਡ ਚ ਜਿੱਤਦੇ ਨੇ ਸਭ ਤੋਂ ਪਹਿਲਾਂ ਮੈਂ ਜ਼ਿਕਰ ਕਰਨਾ ਚਾਹਣਾ ਕਿ ਦੇ ਵਿਨ ਲੋਟ ਆਫ ਮੈਡਲਸ ਇਨ সুইਮਿੰਗ সুইਮਿੰਗ ਦੇ ਵਿੱਚ ਦੋਨੋਂ ਜਿੱਤਦੇ ਨੇ সুইਮਿੰਗ ਦੇ ਵਿੱਚ ਚਾਹੇ ਫਿਰ ਯੂਐਸ ਹੈ ਚਾਹੇ ਕੈਨੇਡਾ ਕੈਨੇਡਾ ਦੇ ਵੀ ਸਾਡੇ ਮੈਡਲਸ ਬਹੁਤ ਜ਼ਿਆਦਾ সুইਮਿੰਗ ਦੇ ਵਿੱਚ ਆਉਂਦੇ ਨੇ ਸਮਰ ਮੈਕੈਂਟੋਸ਼ ਲੁੱਕ ਐਟ ਹਰ ਕਿਆ ਕਮਾਲ ਦਾ ਪ੍ਰਦਰਸ਼ਨ ਕੀਤਾ 17 ਸਾਲ ਦੀ ਸਮਰ ਮੈਕੈਂਟੋਸ਼ ਨੇ ਰਿਕਾਰਡ ਬਣਾ ਦਿੱਤੇ ਨੇ ਕਿਸੇ ਵੀ ਕਿਸੇ ਵੀ ਇੱਕ 올림픽ਸ ਦੇ ਵਿੱਚ ਕਿਸੇ ਵੀ ਇੱਕ ਐਥਲੀਟ ਨੇ ਤਿੰਨ 골ਡ ਮੈਡਲ ਨਹੀਂ ਜਿੱਤੇ ਸਮਰ ਵੈਕੈਂਟੋਸ਼। ਕਿਆ ਕਮਾਲ ਦਾ ਪ੍ਰਦਰਸ਼ਨ ਕੀਤਾ ਉਹਨਾਂ ਨੇ। ਇਸ ਤੋਂ ਪਹਿਲਾਂ ਅਸੀਂ ਪੈਨੀ ਐਲੋਸਕ ਦੀ ਗੱਲ ਕਰਦੇ ਸੀ 16 ਸਾਲ ਦੀ ਪੈਨੀ ਐਲੋਸਕ ਲੇਕਿਨ ਹੇਅਰ ਇਟ ਇਜ਼। ਸੋ সুইਮਿੰਗ ਦੇ ਵਿੱਚ ਕੈਨੇਡਾ ਵੀ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰਦਾ ਹੈ। ਮੈਂ ਡਾਈਵਿੰਗ ਔਰ সুইਮਿੰਗ ਨੂੰ ਇਕੱਠੇ ਕਰਦੇ ਨਾ ਵੈਸੇ ਮੈਡਲਸ ਕਈ ਵਾਰ ਇਹਨਾਂ ਦਾ ਅਲੱਗ-ਅਲੱਗ ਗਿਣਦੇ ਨੇ। ਸੋ সুইਮਿੰਗ ਯਾ ਡਾਈਵਿੰਗ ਕਹेलो ਇਹਦੇ ਵਿੱਚ ਕੈਨੇਡਾ ਤੋਂ ਇਲਾਵਾ ਯੂਐਸ ਔਰ ਚਾਈਨਾ ਵੀ ਵਧੀਆ ਮੈਡਲਸ ਜਿੱਤਦੇ ਨੇ। ਹੁਣ ਗੱਲ ਕਰਦੇ ਆ ਐਥਲੈਟਿਕਸ ਐਥਲੈਟਿਕਸ ਦੇ ਵਿੱਚ ਯੂਐਸ ਕਾਫੀ ਮੈਡਲ ਜਿੱਤਦਾ ਹੈਗਾ 100 ਮੀਟਰਸ ਤੇ 골ਡ ਮੈਡਲਿਸਟ ਔਰ ਬ੍ਰਾਂਜ਼ ਦੋਨੋਂ ਹੀ ਯੂਐਸ ਦੇ ਐਥਲੀਟਸ ਅਗੇ ਲੇਕਿਨ ਉਸ ਤੋਂ ਇਲਾਵਾ ਜਮਾਇਕਾ ਜਿਨ੍ਹਾਂ ਨੇ ਇਸ ਬਾਰ ਸਿਲਵਰ ਜਿੱਤੇ ਆ ਇਹ ਹੋਰ ਕੰਟਰੀ ਜਿੱਤਦੀਆਂ ਲੇਕਿਨ ਚਾਈਨਾ ਨੂੰ ਐਥਲੈਟਿਕਸ ਦੇ ਵਿੱਚ ਇੰਨੇ ਮੈਡਲ ਨਹੀਂ ਮਿਲਦੇ ਫਿਰ ਵਾਪਸੀ ਕਿੱਥੇ ਹੁੰਦੀ ਹੈ ਦੋਨੋਂ ਕੰਟਰੀਜ਼ ਦੀ ਜਿੱਥੇ ਯੂਐਸ ਔਰ ਚਾਈਨਾ ਫਿਰ ਡੋਮਿਨੇਟ ਕਰਦੇ ਨੇ 댓 ਇਜ਼ ਜਿਮਨਾਸਟਿਕਸ ਜਿਮਨਾਸਟਿਕ ਦੇ ਵਿੱਚ ਯੂਐਸ ਵੀ ਕਰਦਾ ਔਰ चाइना भी उत्तर काफ़ी मेडल्स चेता है फिर जिते चाइना का ज़्यादा दबदबा है टेबल टेनिस हैवि डोमीनेटेड बाकी कंट्रे थोड़े बहुत मैडल आतेबल टैनिस के असी देखा है कि चाइना ने डोमीनेट करना है बैडमिटन फिर और टेबल टेनिस या बैडमिंटन की गल करिए इतें यू एस को ज़्यादा कुछ नहीं है सो तो उ चाइना ज़्यादा डोमीनेट करना है इस अलावा तो बाकी होर बहुत सारिया चाहे रैसलिंग की गल कर लिए चाहे बॉक्सिंग की गल कर लिए सो हर जगह चाइना यू एस ਜਪਾਨ ਸਾਊਥ ਕੋਰੀਆ ਜਰਮਨੀ ਇਹ ਸਾਰੀਆਂ ਕੰਟਰੀਜ਼ ਵਧੀਆ ਪ੍ਰਦਰਸ਼ਨ ਕਰਦੀਆਂ ਦ ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ ਵਾਈ ਮੀਡੀਆ